ਸਸ਼ੀਗਾ ਸਾਰਿਆਂ ਨੂੰ ਜੀ ਅਸੀਂ ਫਿਰ ਲਾਈਵ ਹੋ ਗਏ ਜਿਵੇਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਪੂਰੇ 5 ਮਿੰਟ ਬਾਅਦ ਤੁਹਾਨੂੰ ਅਸੀਂ ਫਿਰ ਲਾਈਵ ਹੋਵਾਂਗੇ ਕਿ ਡਿਜ਼ਾਈਨਰ ਡ्रेसेस ਦਿਖਾਉਣ ਵਾਸਤੇ ਤੇ ਉਸੇ ਤਰ੍ਹਾਂ ਜਿਵੇਂ ਤੁਸੀਂ ਪਹਿਲਾ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਪਿਆਰ ਇਸਦਾ ਇਸ ਵੀਡੀਓ ਨੂੰ ਵੀ ਜੁੱੜ ਪਿਆਰ ਦਿਓ ਕਿਉਂਕਿ ਇਹਦੇ ਅੰਦਰ ਤੁਹਾਨੂੰ ਜਿਹੜੇ ਜਿੰਨੇ ਵੀ ਆਰਟੀਕਲ ਦਿਖਾਣੇ ਨੇ ਸਭ ਤੁਹਾਨੂੰ ਤਕਰੀਬਨ ਲਹਿੰਗਾ ਚੋਲੀ ਪੈਪਲਮ ਟੌਪ ਲੌਂਗ ਡ्रेसेस ਅਨਾਰਕਲੀ जिन्ने ਵੀ ਆਰਟੀਕਲ ਨਵੇਂ ਨੇ ਪ੍ਰੋਪਰ ਤੁਹਾਨੂੰ ਅਸੀ ਇਸ ਵੀਡੀਓ ਦੇ ਅੰਦਰ ਸਭ ਨਿਗਾਹ ਕਰਾਵਾਂਗੇ ਕਿ ਅੱਜ ਕੱਲ ਮਾਰਕੀਟ ਅੰਦਰ ਕੀ ਚੱਲ ਰਿਹਾ ਵਾ ਕੀ ਫੈਸ਼ਨ ਹੈਗਾ ਵਾ ਕਿਹੜੇ ਫੈਬਰਿਕ ਹੈਗੇ ਨੇ ਤੇ ਕੋਈ ਫਿਰ ਤੁਹਾਨੂੰ ਦੁਬਾਰਾ ਨੰਬਰ ਦਿਖਾ ਰਹੇ ਅਸੀਂ ਉੱਪਰ ਮੈਂਸ਼ਨ ਵੀ ਕੀਤੇ ਹੋਏ ਨੇ ਤਾਂ ਸ਼ਾਪ ਦੇ ਤਿੰਨ WhatsApp ਨੰਬਰ ਨੇ ਕਿਸੇ ਵੀ ਤਿੰਨ ਨੰਬਰ ਉੱਤੇ ਜਿਹੜੀ ਸੁਵਿਧਾ ਹੈਗੀ WhatsApp ਦਿਨ ਦੇ ਪਰ ਉਪਲਬਧ ਹੈਗੀ ਆ ਤਾਂ ਤੁਸੀਂ ਕਿਸੇ ਵੀ ਇੱਕ ਨੰਬਰ ਦੇ ਉੱਤੇ ਕਾਲ ਜਾਂ WhatsApp ਕਰਕੇ ਆਪਣੇ ਪੀਸਾਂ ਦੀ ਬੁਕਿੰਗ ਔਰ world world shipping as you wards ਕਿਤੇ ਵੀ ਕੋਨੇ ਦੇ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਿਉਂਕਿ ਪਲੇਸ ਕਰਨਾ ਬਹੁਤ ਹੀ ਆਸਾਨ ਹੈ DHL ਤੋਂ तकरीबन 2 ਜਾਂ 3 ਡੇਸ ਪੂਰੇ ਇੰਡੀਆ ਦੇ ਅੰਦਰ ਔਰ 5 ਤੋਂ 6 ਡੇਸ ਪੂਰੇ ਵਰਲਡ ਦੇ ਅੰਦਰ ਜੀ ਇਸੇ ਕਰਕੇ ਅਸੀਂ ਬੈਕ ਟੂ ਬੈਕ ਤੁਹਾਨੂੰ ਵੀਡੀਓ ਜਿਹੜੀ ਪ੍ਰੋਵਾਈਡ ਕਰਵਾ ਰਹੇ ਹਾਂ ਇਸੇ ਕਰਕੇ ਕਰਵਾ ਰਹੇ ਹਾਂ ਕਿ ਤੁਹਾਨੂੰ ਕੀ ਚੀਜ਼ਾਂ ਦੀ ਪ੍ਰੋਪਰ ਪੂਰੀ ਨੌਲੇਜ ਹੋਵੇ ਕਿ ਮਾਰਕੀਟ ਦੇ ਅੰਦਰ ਕੀ ਚੱਲ ਰਿਹਾ ਵਾ ਕਿਸ ਤਰ੍ਹਾਂ ਦੇ ਫੈਬਰਿਕਸ ਆ ਰਹੇ ਨੇ ਕਿਹੜੇ ਡਿਜ਼ਾਈਨਰ ਸਭ ਤੋਂ ਮੇਨ ਡਿਜ਼ਾਈਨ ਬਣਾ ਰਹੇ ਨੇ ਜਿਹੜਾ ਸਟਾਰਟ ਕਰਦੇ ਆ ਇਹ ਡਿਜ਼ਾਈਨਰ ਗੋਰੂ ਗੁਪਤੋ ਸਟਾਰਟ ਕਰ ਰਹੇ ਆ ਨੀਚੇ ਪਾਕਿਸਤਾਨੀ ਸ਼ਾਰਾਵਾ 3 ਲੇਅਰ ਦਾ ਇਹਦੇ ਉੱਪਰ ਆਏਗਾ ਸੀ ਪੈਪਲਮ ਟੌਪ ਜੀ ਪੀਕੋ ਕਲਰ ਦੇ ਉੱਪਰ ਸਾਰੀ ਪੀਚ ਇਸ ਪਿੰਕ ਕਲਰ ਦੀ ਨਾਲ ਸਾਰਾ ਐਮਬਰਾਇਡਰੀ ਕੰਬੀਨੇਸ਼ਨ ਹੈਗਾ ਸਿਸਟਮ ਸਕੈਲਪਿੰਗ ਬਣੀ ਹੋਈ ਆ ਪਿਓਰ ਚਿਨੋਨ ਦਾ ਫੈਬਰਿਕ ਆ ਫੁੱਲ 슬ੀਵਸ ਹੈ ਵੋਕਰ ਔਰ ਜਿਸ ਤਰ੍ਹਾਂ ਫਰੰਟ ਹੋਏਗੀ ਉਸੇ ਤਰ੍ਹਾਂ ਇਹਦੀ ਬੈਕ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਕੰਬੀਨੇਸ਼ਨ ਆਇਆ ਹੈਗਾ ਵਾ ਉਹ ਆਇਆ ਸੀ ਬੇਬੀ ਪਿੰਕ ਕਲਰ ਦਾ ਨਹੀਂ ਪੀਚਸ ਪਿੰਕ ਕਲਰ ਦਾ ਜਿਸ ਕਲਰ ਦੀ ਨਾਲ ਐਮਬ੍ਰੋਇਡਰੀ ਕੀਤੀ ਗਈ ਆ ਉਸ ਕਲਰ ਦਾ ਨਾਲ ਇਹਦੇ ਨਾਲ ਕੰਬੀਨੇਸ਼ਨ ਆਏਗਾ ਸਿਸਟਰ ਇਹਦਾ ਔਰ ਇੱਕ ਰੱਖਿਓ ਮਾਈਂਡ ਚੈਕ ਯਾਨੀ ਕਿ ਜਿੰਨੇ ਵੀ ਆਰਟੀਕਲ ਨੇ ਸਬ ਸਿੰਗਲ ਸਿੰਗਲ ਨਹੀਂ ਕਿਉਂਕਿ ਜਿਸ ਕਸਟਮਰ ਦਾ ਕੋਈ ਤੁਹਾਨੂੰ ਸਭ ਪਤਾ ਹੋਵੇ 60 ਸਾਲ ਪੁਰਾਣੀ ਫਾਰਮਸੀ ਬਲਵੀਸ ਦਾ ਫੈਸ਼ਨ ਸਟੂਡੀਓ ਨਹੀਂ ਇੱਕ ਨਾਲ ਤੁਹਾਨੂੰ ਇੱਕ ਆਰਟੀਕਲ ਮਿਲੇਗਾ ਔਰ ਰੇਂਜਾਂ ਦੀ ਤੁਸੀਂ ਹੈਰਾਨ ਕਰ ਦੇਣ ਵਾਲੀਆਂ ਰੇਂਜਾਂ ਆਉਣਗੀਆਂ ਪੂਰੇ ਪੰਜਾਬ ਚ ਨਹੀਂ ਪੂਰੇ ਵਰਲਡ ਦਾ ਚੈਲੰਜ ਹੋਏਗਾ ਔਰ ਰੈਡੀਮੇਡ ਆਰਟੀਕਲ ਮਿਲ ਰਿਹਾ ਸਿਰਫ 10260 ਦੀ ਰੇਂਜ ਦੇ ਅੰਦਰ ਜੀ ਆਰਟੀਕਲ ਨੰਬਰ 1 ਇਹ ਆਏਗਾ ਜੀ ਸ਼ੋਰਟ ਸ਼ਰਟ ਦੇ ਨਾਲ ਆਏਗਾ ਜੀ ਪਾਕਿਸਤਾਨੀ ਸਟਾਈਲ ਹੈਗਾ ਵਾ ਡਿਜ਼ਾਈਨਰ ਰਜ਼ੀਆ ਖਾਨ ਬੋਟਿਕ ਬਹੁਤ ਫੇਮਸ ਡਿਜ਼ਾਈਨਰ ਨੇ ਕਿ ਜਿੰਨੇ ਵੀ ਸੈਲੀਬ੍ਰਿਟੀ ਪੀਸਸ ਵੇਅਰ ਹੁੰਦੇ ਨੇ ਜਿੰਨੀ ਵੀ ਮੂਵੀਜ਼ ਲਾਂਚ ਹੁੰਦੀਆਂ ਨੇ ਉਹਨਾਂ ਦੇ ਅੰਦਰ ਇਹਨਾਂ ਦੇ 2 ਜਾਂ 3 ਆਰਟੀਕਲ ਤਾਂ ਜ਼ਰੂਰ ਵਿੱਚ ਲਾਂਚ ਹੁੰਦੇ ਨੇ ਇਸ ਤਰ੍ਹਾਂ ਮਸਟਰਡ ਕਲਰ येलो ਮਸਟਰਡ ਕਲਰ ਦੀ ਸ਼ਰਟ ਹੈਗੀ ਆ ਡਿਜ਼ਾਈਨ ਦੀ ਗੱਲ ਕਰੀਏ ਤਾਂ ਪੇਟਾ ਵਰਕ ਨਾਲ ਡੋਰੀ ਵਰਕ ਪਲੱਸ ਪੌਲ ਵਰਕ ਸ਼ੋਰਟ ਲੈਂਥ ਦੇ ਨਾਲ ਆਏਗਾ ਜੀ ਪੂਰਾ ਅੱਛਾ ਲੇਅਰ ਵਾਲਾ ਸ਼ਾਰਾਜੀ ਇਸ ਤਰ੍ਹਾਂ ਬੈਕ ਨੈਕ ਹੈਗੀ ਆ ਨੀਚੇ ਬਾਰਡਰਸ ਹੈਗੇ ਨੇ ਡੋਰੀਆ ਨਾਲ ਤਸਸ ਹੈਗੇ ਨੇ ਕੰਪਲੀਟਲੀ ਪਿਓਰ ਬੈਂਗਲੋਰੀ ਸਿਲਕ ਦੇ ਉੱਪਰ ਇਹ ਆਰਟੀਕਲ ਹੈਗਾ ਵਾ ਔਰ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟੇ ਦੇ ਟੂ ਸਾਈਡ ਦੇ ਉੱਤੇ ਬਹੁਤ ਹੀ ਬਿਊਟੀਫੁਲ ਕੰਮ ਕੀਤਾ ਗਿਆ ਦੇਖੋ ਸਾਰਾ ਹੈਂਡਵੋਕਾ येलो ਬੜਾ ਫਰੈਸ਼ येलो ਕਲਰ ਆ ਜਾਨੀ ਕਿ ਬਹੁਤ ਅੱਖਾਂ ਨੂੰ ਖਾਣ ਵਾਲਾ ਗੱਲ ਨਹੀਂ ਹੋਏਗਾ ਬੜਾ ਸੌਫਟ ਔਰ ਐਲੀਗੈਂਟ ਕਲਰ ਹੈਗਾ ਵਾ 27600 ਦੀ ਰੇਂਜ ਹੋਏਗਾ ਜੀ ਇਹ ਵਾਲਾ ਆਰਟੀਕਲ ਔਰ ਸਾਈਜ਼ ਦੀ ਗੱਲ ਕਰੀਏ ਤਾਂ 32 ਤੋਂ ਲੈ ਕੇ 46 ਤੱਕ ਇਹ ਸਾਈਜ਼ ਤੁਹਾਨੂੰ ਰੈਡੀ ਮਿਲਣਗੇ। ਓ ਸੌਰੀ 42 ਤੱਕ ਰੈਡੀ ਮਿਲਣਗੇ। ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਆਰਟੀਕਲ ਅਗਰ ਤੁਹਾਡਾ ਲਾਰਜ ਸਾਈਜ਼ ਹੈਗਾ ਵਾ 44 ਆ ਜਾਂ 46 ਆ ਸਿਰ 20 ਦਿਨਾਂ ਦਾ ਸਮੇਂ ਲੱਗੇਗਾ ਤੁਹਾਡੇ ਰੈਡੀ ਕਰਨ ਵਾਸਤੇ। ਔਰ ਇੱਕ ਆਏਗਾ ਜੀ ਲਾਈਲਕ ਮੋਫਰ ਦੇ ਨਾਲ ਜੀ ਕੀ ਬਾਤ ਆ ਜੀ। ਇੱਕਦਮ ਡਿਫਰੈਂਟ ਆਰਟੀਕਲ ਆ ਜੀ ਨਰਸਾਰਾ ਸਟੋਨ ਦਾ ਵਾਕ ਹੋਏਗਾ ਨਾਲ ਬੈਲ ਸਲੀਵਸ ਹੈਗੇ ਨੇ। ਔਰ ਇਸ ਤਰ੍ਹਾਂ ਦੇ ਇਹ ਆਰਟੀਕਲ ਜਿਹੜਾ ਦਿਖਾ ਰਿਹਾ ਵਾਂ ਇਕਦਮ ਸਿੰਪਲ ਸੋਬਰ ਜੀ ਬਹੁਤ ਪਿਆਰਾ ਆਰਟੀਕਲ ਹੈ ਜੀ ਕੋਈ ਵੀ ਏਜ ਪਰਸਨ ਇਹਨਾਂ ਨੂੰ ਵੇਅਰ ਕਰ ਸਕਦਾ ਹ ਜ਼ਿੰਦਰ ਕੋਰ ਗਿਲਜੀ ਸਿੰਘ ਗੀਤਾ ਪੁਸੂਰੀ ਸਾਰੇ ਜਿੰਨੇ ਵੀ ਕਸਟਮਰ ਨੇ ਰਾਜੇਸ਼ ਸ਼ਰਮਾ ਸਸ਼ੀਕਲ ਸਿਸਟਰ ਜੀ ਰੀਤੂ ਜੀ ਸਸ਼ੀਕਲ ਹੀਨਾ ਜੀ ਸਸ਼ੀਕਲ ਜਸਮਿੰਦਰ ਜੱਗੀ ਜੀ ਸਸ਼ੀਕਲ ਇਹ ਆਏਗਾ ਜੀ ਪਾਕਿਸਤਾਨੀ ਸ਼ਾਰੇ ਦੇ ਨਾਲ ਇਹ ਆਰਟੀਕਲ ਦਿਖਾ ਰਿਹਾ ਵਾਂ ਔਰ ਇਹ ਹੈਗਾ ਜੀ ਸਾਰਾ ਪਿਓਰ ਦਾ ਆਰਟੀਕਲ ਹੈਗਾ ਵਾ 26500 ਦੀ ਰੇਂਜ ਦੇ ਅੰਦਰ ਜੀ ਆਰਟੀਕਲ ਨੰਬਰ 3 ਹੋਏਗਾ ਜੀ ਲਓ ਜੀ ਸਤਿਆਪੋਲਾ ओरिजिनल ਪੀਸ ਦਿਖਾਉਣ ਜਾ ਰਿਹਾ ਵਾਂ ਸਾਰਾ ਬਲੈਕ ਕਲਰ ਦਾ ਇਹ ਆਰਟੀਕਲ ਹੈਗਾ ਵਾ ਫੁੱਲ ਫਲੇਅਰ ਹੈਗਾ ਵਾ ਨੀਚੇ ਸ਼ਾਰਟ ਦੇ ਉੱਤੇ ਸਾਰਾ ਪ੍ਰਿੰਟਡ ਦੇ ਉੱਤੇ ਦੇਖੋਗੇ ਤਾਂ ਸਾਰਾ ਤੁਹਾਨੂੰ ਗੋਟਾ ਪੱਤੀ ਦਾ ਬਵੋਕ ਮਿਲੇਗਾ ਪਲੱਸ ਪਿੱਟਾਵਕ ਮਿਲੇਗਾ ਜਿਹੜੀ ਸ਼ਾਰਟ ਸ਼ਾਰਟ ਦੀ ਲੈਂਥ ਹੋਏਗੀ ਤਕਰੀਬਨ 38 ਲੈਂਥ ਹੋਏਗੀ ਔਰ ਇਹ ਆਏਗਾ ਜੀ ਇਸ ਰਾਮ ਯਾਨੀ ਕਿ ਬਹੁਤ ਆਰਟੀਕਲ ਹੋਣਗੇ ਦਾ ਥਿਸ ਇਜ਼ ਅ ਬਿਊਟੀਫੁਲ ਆਰਟੀਕਲ ਕਿਉਂਕਿ ਫੈਬਰਿਕ ਵਾਈਜ਼ ਦੀ ਗੱਲ ਕਰੀਏ ਤਾਂ ਸਤਿਆ ਪੋ ਦਾ ਫੈਬਰਿਕ ਹੁੰਦਾ 60 ਗ੍ਰਾਮ ਕਰੇਪ ਦੇ ਉੱਪਰ ਇਹ ਆਰਟੀਕਲ ਰੈਡੀ ਹੁੰਦਾ ਵਾ ਔਰ ਉਸੇ ਤਰ੍ਹਾਂ ਦੁਪट्टे ਬੜੇ ਪਿਆਰੇ ਹੁੰਦੇ ਨੇ ਦੁਪट्टे ਆਉਂਦੇ ਨੇ ਔਰ ਨੀ ਸਟਾਈਲ ਦਿੰਦਾ ਦੇਖੋ ਜੀ ਦੁਪट्टे ਦੀ ਲੁੱਕ ਦੇਖ ਸਕਦੇ ਹੋ ਯਾਨੀ ਕਿ ਸੁਪਰ ਡੂਪਰ ਲੁੱਕ ਦੇ ਅੰਦਰ ਜੀ ਪੂਰਾ ਡਿਜ਼ਾਈਨਰ ਖੁੱਲਾ ਡੁੱਲਾ ਦੁਪੱਟਾ ਵਾ ਇਸ ਤਰ੍ਹਾਂ ਨੇ ਕਿ ਦੁਪੱਟਾ ਸਟੋਲ ਹੋਏਗਾ ਪ੍ਰੋਪਰ ਡਿਜ਼ਾਈਨਰ ਦੁਪੱਟਾ ਬਣਿਆ ਹੋਇਆ ਜੀ ਦਾ। ਕੀ ਬਾਤ ਆ ਜੀ। ਇਹ ਆਏਗਾ ਜੀ ਮੇਰਾ ਆਰਟੀਕਲ ਨੰਬਰ 4 ਹੋਏਗਾ ਜੀ 17610 ਜਨਨ 17610 ਰੁਪੀਸ ਓਨਲੀ 4 ਜੀ ਸਤਿਆ ਪੋਲ ਬ੍ਰਾਂਡ ਸਿਸਟਰ ਜੀ ਸੈਲੀਬਿਟੀ ਪੀਸਿਸ ਨੇ ਜੀ ਸੈਲੀਬਿਟੀ ਪੀਸਿਸ ਜੀ। ਸਤਿਆ ਪੋਲ ਦੀ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ オリジナル ਆਰਟੀਕਲ ਸੀਗਾ ਉਹਨੂੰ ਅਸੀਂ ਲਾਈਟ ਰੇਂਜ ਜੀ ਕਨਵਰਟ ਕੀਤਾ ਇਹਦਾ ਇਸ ਤਰ੍ਹਾਂ ਸ਼ਾਰਾ ਬਣਿਆ ਹੋਇਆ ਵਾ ਔਰ ਪਿਸਤਾ 컬러 ਦਾ ਸ਼ਾਰਾ ਹੋਏਗਾ ਇਸ ਤਰ੍ਹਾਂ ਆਏਗਾ ਜੀ ਪੈਪਲਮ ਟੋਪ ਜੀ ਬਹੁਤ ਹੀ ਪਿਆਰਾ ਇਹ ਆਰਟੀਕਲ ਹੈਗਾ ਵਾ ਪਿੰਕ ਦੇ ਨਾਲ ਆਏਗਾ ਜੀ ਗ੍ਰੀਨ ਕਲਰ ਦਾ ਕੰਬੀਨੇਸ਼ਨ ਪ੍ਰੋਪਰ ਕੰਫਰਟੇਬਲ ਸਾਈਜ਼ਸ ਹੈਗੇ ਨੇ ਇਹ ਫੈਬਰੀ ਦੀ ਗੱਲ ਕਰੀਏ ਤਾਂ ਸਾਰਾ ਪਿਓਰ ਦਾ ਫੈਬਰਿਕ ਲਾਂਚ ਕੀਤਾ ਹੋਇਆ ਵਾ ਦੁਪੱਟਾ ਪਿਓਰ ਸ਼ਿਫੋਨ ਦਾ ਹੋਏਗਾ ਜੀ ਨਾਲ ਔਰ ਇੱਕ ਇੱਕ ਆਰਟੀਕਲ ਬਹੁਤ ਪਿਆਰਾ ਹੋਣ ਵਾਲਾ ਵਾ ਦੁਪੱਟੇ ਦੇ 4 ਸਾਈਡ ਬਾਰਡਰ ਜੀ ਹਾਂਜੀ ਇਹ ਆਏਗਾ ਜੀ ਦੁਪੱਟੇ ਦੇ ਫੋਰ ਸਾਈਡ ਬਾਰਡਰ ਹੋਏਗਾ ਸਾਰਾ ਸ਼ਿਫੋਨ ਦੇ ਨਾਲ ਔਰ ਇਸ ਦੀ ਰੇਂਜ ਗੱਲ ਕਰੀਏ ਤਾਂ ਬਹੁਤ ਹੀ ਜੈਨੂਨ ਪ੍ਰਾਈਸ ਦੇ ਅੰਦਰ ਇਹ ਆਰਟੀਕਲ ਆਏਗਾ 9000 ਯਾਨੀ ਕਿ 9000 ਦੀ ਰੇਂਜ ਹੋਏਗਾ ਜੀ ਮੇਰਾ ਆਰਟੀਕਲ ਨੰਬਰ 5 ਹੋਣ ਵਾਲਾ ਵਾ ਔਰ ਸਿਰਫ ਸਿੰਗਲ ਪੀਸ ਯਾਨੀ ਕਿ ਓਨਲੀ 1 ਪੀਸ ਆਏਗਾ ਜੀ ਆਰਟੀਕਲ ਨੰਬਰ 5 ਜੀ ਲੈ ਵੜੇ ਵਾਲਾ ਪੀਸ ਦੇ ਪੂਰੀ ਚਾਰਜਿੰਗ ਦੀ ਪ੍ਰੋਬਲਮ ਆਂਦੀ ਹੋਈ ਤੇ ਅਸੀਂ ਉਹ ਨਾਲ ਹੀ ਲਗਾ ਲਿਆ ਚਾਰਜਰ ਔਰ ਪਿੱਛੋਂ ਬਟੇ অন ਹੋ ਗਿਆ ਉਹਨੂੰ ਲੋ ਜੀ ਅਗਲਾ ਦਿਖਾਉਣ ਲੱਗਿਆ ਜੀ ਆਰਟੀਕਲ ਇਹ ਆਏਗਾ ਜੀ ਪੀਕੋ ਕਲਰ ਦੇ ਅੰਦਰ ਜੀ ਨੀਚੇ ਪਾਕਿਸਤਾਨੀ ਗਰਾਰਾ ਸੈੱਟ ਕੀਤਾ ਗਿਆ ਵਾ ਔਰ ਜੇ ਗੱਲ ਕਰੀਏ ਸੀ ਦੀ ਵਾਕਮੈਸ਼ਿਪ ਦੀ ਸਾਰਾ ਹੈਂਡ ਵਾਕ ਆਏਗਾ ਕੜਦਾਨੇ ਦਾ ਤੇ ਪੌਲ ਦਾ ਵਾਕ ਔਰ ਪ੍ਰੋਪਰ ਹਰ ਜਿਨੇ ਵੀ ਆਰਟੀਕਲ ਦਿਖਾ ਰਿਹਾ ਮੈਂ ਸੂਟਸ ਸਭ ਦੇ ਨਾਲ ਬਾਜ਼ੂ ਹੋਣਗੇ ਔਰ ਇਸ ਤਰ੍ਹਾਂ ਪ੍ਰੋਪਰ ਥਾਈਸੋ ਹੈਵੀ ਫਿਰ ਬਾਰਡਰ ਦੇ ਵਾਕ ਹੈਗਾ ਵਾ ਸਾਰਾ ਕੜਦਾਨੇ ਦਾ ਔਰ ਇਸ ਤਰ੍ਹਾਂ ਆਏਗਾ ਜੀ ਬੈਕ ਡੱਚ ਬੈਕ ਤੇ ਡੋਰੀ ਨਾਲ ਮਿਰਰ ਵਾਲਟ ਟਾਸਸ ਹੈਗੇ ਨੇ ਔਰ ਇਧਰ ਨਾਲ ਤੁਹਾਨੂੰ ਬਾਜ਼ੂ ਵੀ ਪ੍ਰੋਵਾਈਡ ਕਰਵਾਏ ਜਾਣਗੇ ਇਹਦਾ ਸਾਈਜ਼ ਜਿਹੜਾ ਆਏਗਾ ਜੀ ਇਹ 40 ਸਾਈਜ਼ ਰੈਡੀ ਹੋਏਗਾ ਯਾਨੀ ਕਿ ਇਸ ਤੋਂ ਵੱਡਾ ਸਾਈਜ਼ ਨਹੀਂ ਰੈਡੀ ਹੋਏਗਾ ਉਸ ਤੋਂ ਬਾਅਦ ਸਾਈਜ਼ ਬਣਨਗੇ ਆਰਡਰ ਤੇ ਉੱਤੇ ਬਟ ਜੋ ਇਹ ਆਰਟੀਕਲ ਦਾ ਸਾਈਜ਼ ਹੈਗਾ ਜੀ ਇਹ ਤੁਹਾਡਾ 40 ਤੱਕ ਰੈਡੀ ਹੋ ਜਾਏਗਾ ਉਹ ਪਿਆਰਾ ਆਰਟੀਕਲ ਜੀ ਲੈ ਬੜੇ ਇਹਦਾ ਪ੍ਰਾਈਸ ਰੇਂਜ ਜਿਹੜਾ ਸਿਸਟਰ ਜੀ ਆਏਗਾ ਜੀ 6 ਨੰਬਰ ਆਰਟੀਕਲ ਹੈਗਾ ਬਾਜੀ 17890 17890 ਰੁਪੀਸ ਓਨਲੀ 4 ਜੀ ਔਰ ਅਗਲਾ ਆਏਗਾ ਜੀ ਕੋਰਲ ਹੌਟ ਪਿੰਕ ਕਲਰ ਦੇ اندر ਆਏਗਾ ਜੀ ਸਾਰਾ ਇਹ ਵੀ ਪਾਕਿਸਤਾਨੀ ਸ਼ਾਰਾ ਬਣਿਆ ਹੋਇਆ ਬਾ ਨੀਚੇ ਪੂਰੇ ਸ਼ਾਰੇ ਦੇ ਵਾਕ ਕੀਤਾ ਗਿਆ ਬਾ ਔਰ ਨੈਕ ਲਾਈਨ ਦੀ ਗੱਲ ਕਰੀਏ ਤਾਂ ਸਾਰਾ ਗੋਟਾ ਬੱਤੀ ਵੀ ਆ ਮਿਰਰ ਵਾਕ ਵੀ ਆ ਫੁੱਲ 슬ੀਵਜ਼ ਦਾ ਵਰਕ ਹੈ ਕਬਾਤ ਪ੍ਰੋਪਰਲੀ ਸ਼ਰਟ ਹੈਗੀ ਪਿਓਰ ਰੌਸ ਲੱਗਦੀ ਔਰ ਨਾਲ 3 ਲੇਅਰ ਸ਼ਾਰਾ ਹੋਏਗਾ ਜੀ ਪਿਓਰ ਜੋੜ ਦਾ ਜੀ ਨਾਲ ਕੰਬੀਨੇਸ਼ਨ ਕੀਤਾ ਗਿਆ ਬਈ ਜੀ ਹੌਟ ਪਿੰਕ ਨਾਲ ਆਏਗਾ ਜੀ yellow mustard ਕਲਰ ਦਾ ਕੰਬੀਨੇਸ਼ਨ ਜੀ ਆਹ ਲੋ ਜੀ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਆ ਯਾਨੀ ਕਿ ਡਿਜ਼ਾਈਨਰ ਦੁਪੱਟਾ ਵਾ ਕੋਈ ਓਵਰਵੌਕ ਨਹੀਂ ਹੈਗਾ ਕੋਈ ਹੋਜਪੋਚ ਨਹੀਂ ਹੈਗੀ ਦੁਪੱਟਾ ਆਏਗਾ ਜੀ ਪਿਓਰ ਚਿਨੌਨ ਸ਼ਿਫੌਨ ਦਾ ਔਰ ਰੇਂਜ ਦੇਖੋ ਸਿਸਟਰ ਜੀ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਏ ਦਾ ਇਹਨਾਂ ਦੇ ਸਟਿਚਿੰਗ ਦੇ ਪ੍ਰਾਈਸਸ ਹੈਗੇ ਨੇ ਬਟ ਜੋ ਸਾਡਾ ਜੀ ਰੇਟ ਹੈਗਾ ਵਾ ਉਹ ਹੈਗਾ ਵਾ ਜੀ ਤਕਰੀਬਨ 14230 ਰੁਪਏ ਜੀ ਵੈਰੀ ਗੁੱਡ ਮਾਰਨਿੰਗ ਕਿਰਨ ਠਾਕੁਰ ਜੀ ਥੈਂਕ ਯੂ ਸੋ ਮਚ ਸਿਮਰਨ ਜੀ ਮਾਨ ਜੀ ਥੈਂਕ ਯੂ ਸੋ ਕੋਲ ਨਾ ਕਰੋ ਕਿ ਨਾਲ ਨਾਲ ਤੁਹਾਡੇ ਆਰਡਰਸ ਵੀ ਆਨੇ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਆਏਗਾ ਜੀ ਪਲਾਜ਼ੋ ਤੇ ਵਾਕ ਹੈਗਾ ਬੜੇ ਸਤਰਾਉਂ ਪਕੜੋ ਪਰੋਂ ਔਰ ਇਸ ਤਰ੍ਹਾਂ ਇਹਦੇ ਉੱਪਰ ਇਸ ਤਰ੍ਹਾਂ ਪੌਲ ਬੋਗਾ ਇਹ ਬਣੀ ਹੋਈ ਹੈ ਡ੍ਰੇਪ ਉੱਪਰੋਂ ਜੀ ਦੀ ਆ आएगी ਪੈਂਟ ਇਹਦੀ ਪਲਾਜ਼ੋ ਆਏਗਾ ਜੀ ਸਾਈਡ ਦੇ ਕੋਈ ਸਾਈਡ ਵਾਕ ਕਿਤਾ ਹੈ ਵਾ ਜੀ ਯਾਨਕੀ ਇਹ ਰਿਮੂਵੇਬਲ ਹੈ ਜੈਕੇ ਆਪਣਾ ਸ਼ਰਗ ਹੈਗੀ ਹੈ ਯਾਨਕੀ ਇਹ ਆਰਟੀਕਲ ਕੋਈ ਕਿ ਅਟੈਚ ਨਹੀਂ ਕੀਤੀ ਹੋਈ ਔਰ ਇਹ ਆਏਗਾ ਜੀ ਮੌਵਿਸ਼ ਪਿੰਕ ਕਲਰ ਹੋਏਗਾ ਔਰ ਇਹਦੇ ਪਰ ਕੋਈ ਵਾਕ ਕਿੰਨਾ ਪੈਰਾ ਜ਼ੀਰੋ ਨੰਬੋ ਦੇ ਪੌਲਸ ਨੇ ਇਸ ਤਰ੍ਹਾਂ ਫੈਦਰਸ ਲੱਗੇ ਹੋਏ ਨੇ ਸਾਈਡ ਤੇ ਪਲਾਜ਼ੋ ਦੇ ਉੱਤੇ ਸਾਈਡ ਤੇ ਵਾਕ ਕਿਤਾ ਹੈ ਵਾ ਡਿਜ਼ਾਈਨਰ ਅਨੀਤਾ ਡੋਂਗਰੇ ਵਰਲਡ ਫੇਮਸ ਡਿਜ਼ਾਈਨਰ ਨੇ ਇਹ ਬ੍ਰਾਂਡ ਆ ਜੀ ਇਹਦੇ ਅੰਦਰ ਔਰ ਰੇਂਜ ਹੈ ਗਿਆ 18150 ਰੁਪਏ ਦੀ ਰੇਂਜ ਹੈ ਜੀ 18150 ਰੁਪੀਸ ਓਨਲੀ 4 ਜੀ ਔਰ ਅਗਲਾ ਦਿਖਾਵਾਂਗਾ ਸਿੰਪਲ ਸੋਬਰ ਔਰ ਐਲੀਗੈਂਟ ਜੀ ਰਸਟ ਕਲਰ ਦੇ ਨਾਲ ਆਏਗਾ ਜੀ ਔਰੇਂਜ ਕਲਰ ਦਾ ਕੰਬੀਨੇਸ਼ਨ ਹੋਏਗਾ ਔਰ ਇਸ ਤਰ੍ਹਾਂ ਆਏਗਾ ਜੀ ਸਾਰਾ ਪਲਾਜ਼ੋ ਦਾ ਸਟਾਈਲ ਸਾਰੇ ਪੈਚੇ ਸਟਿੱਟ ਕੀਤੇ ਹੋਏ ਨੇ ਸਾਰੇ ਦੇ ਉੱਪਰ ਔਰ ਇਹਦੇ ਨਾਲ ਆਏਗਾ ਜੀ ਪੈਪਲਮ ਟੌਪ ਔਰ ਇਸ ਤਰ੍ਹਾਂ ਇਹਗਾ ਜੀ ਪੈਪਲਮ ਟੋਪ ਦੀ ਲਈ ਪੀਸਿਸ ਦੀ ਲੁੱਕ ਹੈਗੀ ਇਹ ਨਾਲ ਸਭ ਦੇ ਨਾਲ ਬਾਜ਼ੂ ਨੇ ਥੋੜੀ ਚੁਆਇਸ ਆ ਤੁਸੀਂ ਆਪਣਾ ਸਿਰਫ ਆਪਣੀ ਹਾਈਟ ਚਸਟ ਵੇਸਟ हिਪਸ ਐਡ ਕਰਨੀ ਆ ਤੁਹਾਨੂੰ ਪ੍ਰੋਪਰ ਤੁਹਾਡੇ ਸਾਈਜ਼ ਦੇ ਅਕੋਰਡਿੰਗ ਰੈਡੀ ਕਰਕੇ ਦਵਾਂਗੇ ਸਾਰੇ ਆਰਟੀਕਲ ਕੋਈ ਵੀ ਚਾਰजेस ਨਹੀਂ ਹੋਏਗਾ ਉਹਨਾਂ ਦਾ ਰੈਡੀ ਕਰਨ ਦਾ ਔਰ ਇਹ ਆਏਗਾ ਜੀ ਦੁਪੱਟਾ ਬਿਊਟੀਫੁੱਲ ਬਟਕ ਸਾਰੇ ਹੈਂਗਿੰਗ ਸੈਟ ਕੀਤੇ ਹੋਏ ਨੇ ਰਸਟ ਕਲਰ ਦੇ ਨਾਲ ਆਏਗਾ ਜੀ orange ਕਲਰ ਦਾ ਕੰਬੀਨੇਸ਼ਨ ਨਾਲ ਬਾਜ਼ੂ ਦਾ ਵੀ ਪੈਟਰਨ ਸੇਮ ਬਾਜ਼ੂ ਹੋਣਗੇ 60 ਗ੍ਰਾਮ ਪਿਓਰ ਜ਼ੋਲਟ ਦੇ ਅੰਦਰ ਹੋਣਗੇ ਔਰ ਇਹ ਆਇਗਾ ਜੀ ਸਿਰਫ 8600 ਦੀ ਰੇਂਜ ਦੇ ਅੰਦਰ ਜੀ ਸਿਸਟਰ ਜੀ ਫਟਾਫਟ ਸਕਰੀਨ ਸ਼ਾਟਸ ਲੈ ਲਓ ਕਿ ਤੁਹਾਡੇ ਪੀਸਾਂ ਦੀ ਇਹਦੀ ਬੁਕਿੰਗ ਹੈਗੀ ਆ ਉਹ ਪਨਾਂ ਨਾਲ ਕਰ ਸਕੀਏ ਜੀ ਇੱਕ ਸਿਸਟਰ ਜੀ ਆ ਸੂਟ ਬਹੁਤ ਸੋਹਣਾ ਆ ਜੀ ਸਿੰਗਲ ਆਰਟੀਕਲ ਆਇਆ ਵਾ ਨੀਚੇ ਪਲੇਨ ਪਲਾਜ਼ੋ ਹੈਗਾ ਵਾ ਔਰ 44 ਤੱਕ ਸਾਈਜ਼ ਰੈਡੀ ਹੈ ਜੀ ਦਾ ਯਾਨੀ ਕਿ ਡਬਲ ਐਕਸਲਸਰ ਸ਼ਰਟ ਦੇ ਉੱਪਰ ਸੀਕਵੈਂਸ ਦਾ ਬੋਰਡਰਾ ਕਰਦਾਨੀ ਦਾ ਔਰ ਹਲਕੀ ਜੀ ਬੂਟੀ ਹੈ 슬ੀਵਜ਼ ਨੇ ਔਰ ਇਹ ਦੁਪੱਟਾ ਹੈਗਾ ਜੀ ਔਰ ਨਹੀਂ ਸਟਾਈਲ ਜੀ ਬਿਊਟੀਫੁੱਲ ਜੀ ਬਿਊਟੀਫੁੱਲ ਜਿਵੇਂ ਤੁਸੀਂ ਮੈਰੀ ਦੀ ਸ਼ਾਪਿੰਗ ਕਰ ਰਹੇ ਹੋ ਕਿਸੇ ਨੇ ਵੀ ਕਿਸੇ ਵੀ ਫੰਕਸ਼ਨ ਦੇ ਉੱਪਰ ਤੁਸੀਂ ਵੇਅਰ ਕਰਨਾ ਦਾ ਥਿਸ ਇਜ਼ ਅ ਬਿਊਟੀਫੁੱਲ ਆਰਟੀਕਲ ਹੈ ਦੁਪੱਟਾ ਸਿਰਫ ਡਿਜ਼ਾਈਨਰ ਦਾ ਜੀ ਔਰ ਗੈਂਸਾ ਦਾ ਦੁਪੱਟਾ ਵਾ ਸ਼ਰਟ ਜੋੜਰਦੀ ਹੈਗੀ ਆ ਨਾਲ ਪਲਾਜ਼ੋ ਜੁੜਦਾ ਹੈਗਾ ਵਾ ਔਰ ਕੰਮ ਦੀ ਨੀਟਨੈਸ ਦੇਖੋ ਜੀ ਸਾਰਾ ਕੰਟਰਾਸਟ ਹੈਗਾ ਜੀ ਮੌਬਸ ਪਿੰਕ ਐਂਡ ਪੀਚ ਕਲਰ ਦਾ ਕੰਬੀਨੇਸ਼ਨ ਇਹ ਆਏਗਾ ਜੀ ਆਰਟੀਕਲ ਨੰਬਰ 10 ਹੋਏਗਾ ਜੀ 1150 ਦੀ ਰੇਂਜ ਦੇ ਅੰਦਰ ਜੀ ਸਬ ਰੈਡੀ ਟੂ ਵੀਅ ਆਰਟੀਕਲ ਲੈ ਕਿਸੇ ਦੇ ਵੀ ਤੁਹਾਨੂੰ ਕੋਈ ਚਾਰजेस ਨਹੀਂ ਹੋਏਗਾ ਕੋਈ ਸਾਰੇ ਰੈਡੀਮੇਡ ਨੇ ਤੁਹਾਨੂੰ ਸਾਈਜ਼ ਅਕੋਰਡਿੰਗ ਅਸੀਂ ਰੈਡੀ ਕਰਕੇ ਦਵਾਂਗੇ 월ਡ ਵਾਈ ਸ਼ਿਪਿੰਗਾ ਪ੍ਰੋਪਰ ਫਿਨਿਸ਼ਿੰਗ ਪਾਲਿਸ਼ਿੰਗ ਔਰ 3 ਲੀਅਰ ਸ਼ਾਰਾ ਹੋਏਗਾ ਜੀ ਲਾਈਟ ਵੇਟ ਔਰ ਇਹਦੇ ਪਰਸਾ ਪੈਪਲਮ ਦਾ ਵਾਕ ਆ ਜੀ ਜੇ ਮਿਰਰ ਵਾਕ ਵੀ ਆ ਡੋਰੀ ਵਾਕ ਵੀ ਆ ਔਰ ਸਭ ਦੇ ਨਾਲ ਬਾਜ਼ੂ ਤੁਹਾਨੂੰ ਪਤਾ ਹੀ ਹੈਗੇ ਨੇ ਨਾਲ ਦੁਪट्टे ਵੀ ਆਰਡੀਨੀ ਵਾਲੇ ਦੁਪट्टे ਨੇ ਸਾਰੇ ਫੁੱਲ ਹੈਵੀ ਨੇ ਆ ਦੇਖੋ ਇਸ ਜੀ ਉਹਦਾ ਨਿਰਦਾ ਦੁਪੱਟਾ ਵਾ ਹਲਕਾ ਜਿਹਾ ਬਾਰਡਰ ਵੀ ਹੈਗਾ ਵਾ ਫੂਡ ਸਾਈਡ ਬੋਕ ਵੀ ਹੈਗਾ ਵਾ ਇਹ ਆਏਗਾ ਜੀ 734500 ਦੇ ਅੰਦਰ ਜੀ 7345 yellow color ਦੇ ਅੰਦਰ ਆਏਗਾ ਜੀ ਆਰਟੀਕਲ ਅਗਲਾ ਆਰਟੀਕਲ ਆਏਗਾ ਜੀ ਸਾਰਾ ਡਾਰਕ ਵਾਈਨ ਕਲਰ ਜੀ ਦੇਖੋ ਸੀ ਸਿਰ ਸਿਰ ਕਲਰਸ ਦੇਖੋਗੇ ਨੈਪੇ ਮੈਂ ਅੱਗੇ ਸਾਰਾ ਵਿంటర్ ਸੈਸ਼ਨ ਚੱਲ ਰਿਹਾ ਵਸ ਟਾਈਮ ਜੀ ਔਰ ਇਹਦੇ ਪਲੇਨ ਸਾਰਾ ਬਣਿਆ ਹੋਇਆ ਵਾ ਇਸਰਾ ਸਟੈਬ ਵਾਲਾ ਪੀਸ ਹੈਗਾ ਵਾ ਨਾਲ ਮਿਰਰ ਦੀ ਟੱਚਿੰਗ ਹੈਗੀ ਆ ਔਰ ਅਗਰ ਤੁਸੀਂ ਬਾਜ਼ੂ ਦੀ ਰਿਕੁਆਇਰਮੈਂਟ ਰੱਖਦੇ ਹੋ ਤਾਂ ਅਸੀਂ ਇਹਦੇ ਸਟੈਪ ਨੂੰ ਬ੍ਰਾਡ ਕਰਕੇ ਤੁਹਾਨੂੰ ਨਾਲ ਫੁੱਲ 슬ੀਵਸ ਲਗਵਾ ਸਕਦੇ ਹਾਂ ਔਰ ਨਾਲ ਬਿਦ ਮਾਸਕਾ ਔਰ ਇਸ ਤਰ੍ਹਾਂ ਦੁਪੱਟਾ ਜਿਹੜਾ ਹੈਗਾ ਵਾ ਉਹ ਆਏਗਾ ਡਿਜ਼ਾਈਨਰ ਦੁਪੱਟਾ ਜੀ ਸਰ ਨੈਕ ਲਾਈਨ ਦੇ ਅੰਦਰ ਤੁਸੀਂ ਸੈੱਟ ਕਰ ਸਕਦੇ ਹੋ ਬਿਊਟੀਫੁੱਲ ਚੀਜ਼ਾਂ ਇਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੀ ਰੁਪਿੰਦਰ ਕੌਰ ਜੀ ਇਟਲੀ ਦੇ ਚਾਰजेस ਸਿਰਫ ਵਾਈ ਵੇਟ ਦੇ ਅਕੋਰਡਿੰਗ ਹੋਣਗੇ ਉਹ ਤੁਸੀਂ ਜਦੋਂ ਸੂਟਸ ਬਾਈ ਕਰੋਗੇ ਅਸੀਂ ਪਹਿਲਾਂ ਉਹਨਾਂ ਦੇ ਪ੍ਰੋਪਰ ਅਸੀਂ ਉਹਨਾਂ ਦੇ ਲਵਾਂਗੇ ਵੇਟ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਜਿੰਨਾ ਵੇਟ ਵੱਧ ਹੋਏਗਾ ਉਹਨੇ ਚਾਰजेस ਘੱਟ ਹੋਣਗੇ ਜੀ ਡਾਰਕ ਵਾਈਨ ਕਲਰ ਜੀ 850 ਜੀ ਇਹ ਕਾਪੀਜ਼ ਦਿਖਾਣ ਜਾ ਰਿਹਾ ਜੀ ਇਹ ਆਏਗਾ ਜੀ ਸਾਰੇ ਦੇ ਨਾਲ ਜੀ 3 3 ਸਟਾਈਲ ਅਜੀ ਹਲਾ ਨੀਚੇ ਸਭ ਤੋਂ ਪਹਿਲਾਂ ਤਾਂ ਨੀਚੇ ਸਾਰਾ ਬਣਿਆ ਆਵਾ ਤੇ ਉਹਦੇ ਪਰਫੇ ਜਿਹੜਾ ਬਲਾਊਜ਼ ਹੈਗਾ ਵਾ ਉਹਦੇ ਉੱਪ ਸਾਰਾ ਹੈਂਡਵੋਕ ਹੈਗਾ ਦੇਖੋ ਜੀ ਸਾਰਾ ਕੜਦਾਣੇ ਦਾ ਤੇ ਪੌਲ ਦਾ ਵੋਕ ਆ ਔਰ ਇਸ ਤਰ੍ਹਾਂ ਆਏਗਾ ਜੀ ਜੈਕਟ ਦਾ ਸਟਾਈਲ ਜੀ ਫੁੱਲ 슬ੀਵਜ਼ ਸਿਸਟਰ ਜੀ ਆਰਡਰ ਆਨੇ ਸ਼ੁਰੂ ਹੋ ਚੁੱਕੇ ਨੇ ਤਾਂ ਪਲੀਜ਼ ਇਸ ਨੰਬਰ ਦੇ ਉੱਪਰ ਜੋ ਸਭ ਤੋਂ ਨੰਬਰ ਫਰਸਟ ਹੈਗਾ ਵਾ ਉਹ ਤੇ ਹਜੇ ਕਾਲ ਨਾ ਕਰੋ ਜਿਹੜਾ 9770000416 ਵਾਲਾ ਵਾ ਬਹੁਤ ਕਾਲਸ ਆ ਰਹੀਆਂ ਨੇ ਤਾਂ ਕਿਉਂਕਿ ਉਸੇ ਫੋਨ ਦਿੱਤਾ ਸੀ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਆ ਅ ਸਿੱਛੇ ਸ਼ਾਰਾ ਸੀਗਾ ਫਿਰ ਬਲਾਉ ਚੋਲੀ ਹੈਵੀ ਸੀਗੀ ਔਰ ਜੈਕਟ ਦੇ ਫੁੱਲ ਵੋਕ ਆ 11570 ਦੀ ਰੇਂਜ ਦੇ ਅੰਦਰ ਜੀ 3 ਲੇਅਰ ਸ਼ਾਰਾ ਬਣਿਆ ਹੋਇਆ ਵਾ ਲੈਕਟਲ ਬਲੂ ਕਲਰ ਹੈਗਾ ਜੀ ਔਰ ਸਾਰਾ ਡੋਰੀ ਦਾ ਪੇਟਾ ਵਰਕ ਦਾ ਔਰ ਸਾਰਾ ਡੋਰੀ ਦੇ ਨਾਲ ਸਾਰਾ ਮਿਰਰ ਦਾ ਵਰਕ ਹੈਗਾ ਵਾ ਫੁੱਲ 슬ੀਵਸ ਹੀ ਵਰਕ ਹੈਗਾ ਵਾ ਪਿਓਰ ਬੈਂਗਲੋਰੀ ਸਿਲਕ ਦੀ ਸ਼ਰਟ ਹੋਏਗੀ ਤਕਰੀਬਨ 36 ਤੋਂ 37 ਦੀ ਦੀ ਲੈਂਥ ਹੈ ਕੋਈ ਸ਼ਾਰਟ ਸ਼ਰਟ ਨਾਲ 3 ਲੇਅਰ ਸ਼ਾਰਾ ਬਣਿਆ ਹੋਇਆ ਵਾ ਔਰ ਦੁਪੱਟਾ ਆਏਗਾ ਜੀ ਪੰਚਮਪਲੀ ਕੀਆ ਬਾਤ ਹੈ ਜੀ ਸਾਰਾ ਸਿਲਕ ਦੇ ਉੱਪਰ ਇਹ ਫੈਬਰਿਕ ਦੇ ਉੱਪਰ ਨਾਲ ਦੁਪੱਟਾ ਵਾ ਜੀ ਦਾ ਡਿਜ਼ਾਈਨਰ ਦੁਪੱਟਾ ਕਿਆ ਬਾਤ ਹੈ ਜੀ ਚੀਜ਼ਾਂ ਨੇ ਆਰਟੀਕਲ ਨੇ ਜੀ ਤੁਹਾਡੀ ਵੈਰਾਈਟੀ ਡਿਫਰੈਂਟ ਡਿਫਰੈਂਟ ਬਣੇਗਾ ਤੁਸੀਂ 3 4 ਜਾਂ 5 ਸੂਟਸ ਅਗਰ ਬਾਈ ਕਰ ਰਹੇ ਹੋ ਤਾਂ ਦਿਸ ਇਜ਼ ਅ ਬਿਊਟੀਫੁਲ ਆਰਟੀਕਲ ਹੈਗਾ ਜੀ 13350 ਜੀ 13350 ਦੀ ਰੇਂਜ ਦੇ ਅੰਦਰ ਹੈਗਾ ਆਰਟੀਕਲ ਜੀ ਵਾਲਾ ਇੱਕ ਆਏਗਾ ਜੀ ਸ਼ਾਰੇ ਦੇ ਨਾਲ ਬਲਾਉਜ਼ ਜੀ ਕਿਆ ਬਾਤ ਹੈ ਜੀ ਇਹ ਆਇਗਾ ਜੀ ਬ੍ਰਾਂਡ ਆ ਜੀ ਆਪਣੇ ਆਪ ਦੇ ਅੰਦਰ ਇੱਕ ਕੁਛ ਡਿਜ਼ਾਈਨਰ ਮੀਨੀ ਸਿੰਘ ਤੁਸੀਂ ਨਾਮ ਸੁਣਿਆ ਹੋਏਗਾ ਉਹ ਸੈਲੀਬ੍ਰਿਟੀ ਪੀਸੇਜ਼ ਵੇਅਰ ਹੁੰਦੇ ਕੋਈ ਅੱچھے ਬ੍ਰਾਂਡਸ ਨੇ ਜਿਹੜੇ 7-8 ਨੇ ਸਭ ਤੋਂ ਬਾਅਦ ਇਹਨਾਂ ਦੀ ਹੀ ਪਰਮਾਰ ਹੈਗੀ ਆ ਸਭ ਦੇ ਉੱਪਰ ਕੁਛ ਨਾ ਕੁਛ ਡਿਫੰਡ ਚੀਜ਼ਾਂ ਲਾਂਚ ਕਰਦੇ ਨੇ ਆ ਦੇਖੋ ਗ੍ਰੇ ਦੇ ਨਾਲ ਆਏਗਾ ਜੀ ਇਹ ਨੀਚੇ ਕੋਪ ਰਸਟ ਕਲਰ ਦਾ ਇਹ ਕੰਬੀਨੇਸ਼ਨ ਹੈਗਾ ਵਾ ਸਾਰਾ ਥ੍ਰੈਡ ਬਗ ਦੇ ਉੱਪਰ ਪਪਲ ਦੀ ਟੱਚਿੰਗ ਕੀਤੀ ਗਈ ਆ ਹਲਕੇ ਹਲਕੇ ਮਿਰਰ ਸੈਟ ਕੀਤੇ ਗਏ ਨੇ ਔਰ ਉਸੇ ਤਰ੍ਹਾਂ ਇਹਨਾਂ ਦੇ ਜਿਹੜੇ ਦੁਪੱਟੇ ਨੇ ਉਸੇ ਤਰ੍ਹਾਂ ਅਸੀਂ ਡਿਜ਼ਾਈਨ ਸੈੱਟ ਕੀਤੇ ਨੇ ਡੀ ਕੱਟ ਦੁਪੱਟਾ ਹੋਏਗਾ ਦੇਖੋ ਜੀ ਇਹਦਾ ਇਸ ਤਰ੍ਹਾਂ ਸਾਰਾ ਨੈਕ ਲਾਈਨ ਤੇ ਸੈੱਟ ਕਰੋ ਗ੍ਰੇ ਦੇ ਨਾਲ ਇਸ ਤਰ੍ਹਾਂ ਕਾਪਰਿੰਗ ਕਲਰ ਦੀ ਜਿਹੜੀ ਕੰਬੀਨੇਸ਼ਨ ਹੈਗਾ ਵਾ ਟੂ ਇੰਡੀਅਨ ਨੂੰ ਕੰਟਰਾਸਟ ਕੀਤਾ ਗਿਆ ਵਾ ਇਹ ਆਏਗਾ ਜੀ ਆਰਟੀਕਲ ਨੰਬਰ 15 ਜੀ 33670 ਇਹ origignal ਆਰਟੀਕਲ ਨੇ ਅਗਰ ਉਹਨਾਂ ਦੇ ਡਿਜ਼ਾਈਨ ਦੀ brand ਦੀ ਗੱਲ ਕਰੀਏ ਤਾਂ ਉੱਥੇ ਤਾਂ ਸਟਾਰਟਿੰਗ ਹੀ 65 ਤੋਂ ਸਟਾਰਟ ਹੁੰਦੇ ਨੇ ਸਿਰਫ ਇਹ ਇਹਦੀ 벨ਟ ਵਟੇ ਹਲੋ ਇਹ ਕਾ ਹੈਗਾ ਜੀ ਇਸ਼ਾਰੇ ਦੇ ਨਾਲ ਜੀ ਨੀਚੇ ਪਿਓਰ ਚਨੌਣ ਦਾ ਇਸ਼ਾਰਾ ਹੋਏਗਾ ਔਰ ਇਹਦੇ ਅੰਦਰ ਵਾਕ ਦੇਖੋ ਸਿਸਟਰ ਪਲੀਜ਼ ਰਿਕੁਐਸਟ ਸਮ ਲੋ ਬ੍ਰਦਰ ਦੀ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਚੀਜ਼ਾਂ ਉਹ ਆਪਣਾ ਮਨ ਆਪ ਕਰੇਗਾ ਕਿ ਟੱਚ ਕਰਦੀ ਹੈ ਕਿ ਵੀਡੀਓ ਨੂੰ ਨਾਲ-ਨਾਲ ਸ਼ੇਅਰ ਕਰਦੀ ਹੈ ਜੀ ਦੇਖੋ ਪੈਪਲਮ ਹੈਗਾ ਵਾ ਸਾਰਾ ਇਹਦੇ ਉੱਪਰ ਸ਼ੀਸ਼ੇ ਦਾ ਵਾਕ ਹੈਗਾ ਪਲਸ ਵਿਟਪੀਟਾ ਵਾਕ ਔਰ ਨਾਲ ਡਿਜ਼ਾਈਨਰ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਨਾਲ 벨ਟ ਲਾਂਚ ਕੀਤੀ ਗਈ ਇਸ ਤਰ੍ਹਾਂ ਵਾਓ ਵੈਰੀ ਨਾਈਸ ਔਰ ਦੁਪੱਟਾ ਨਾਲ ਆਏਗਾ ਜੀ ਕੰਬੀਨੇਸ਼ਨ ਦੇ ਨਾਲ ਜੀ ਵਾਈਨ ਕਲਰ ਦੇ ਨਾਲ ਆਏਗਾ ਜੀ ਪੀਚ ਕਲਰ ਦਾ ਕੰਬੀਨੇਸ਼ਨ ਦੁਪੱਟਾ ਵੀ ਬਹੁਤ ਸਮਾਰਟ ਆ ਕਿ ਇਸ ਤਰ੍ਹਾਂ ਨਹੀਂ ਕਿ ਦੁਪੱਟਾ ਲਾਈਟ ਹੋਏਗਾ ਪ੍ਰੋਪਰ ਦੁਪੱਟੇ ਦੇ ਫੋਰ ਸਾਈਡ ਵਰਕ ਕੀਤਾ ਹੈ ਰੇਂਜ ਕਿਨ ਲਈ ਬਟੇ ਸਿਰਫ 11520 ਦੀ ਰੇਂਜ ਦੇ ਅੰਦਰ ਜੀ 11520 ਰੁਪੀਆ ਓਨਲੀ 4G ਡਿਜ਼ਾਈਨ ਨੰਬਰ 16 ਜੀ ਲੋਜੀ ਇਹ ਕਾ ਆਏਗਾ ਜੀ ਆਰਟੀਕਲ ਇੰਡੋ-ਵੈਸਟਰਨ ਸਟਾਈਲ ਜੀ ਪੈਰਟ ਕਲਰ ਦਾ ਇੱਕ ਕੰਬੀਨੇਸ਼ਨ ਹੈਗਾ ਜੀ ਨਾਲ ਨੇਵੀ ਦੇ ਨਾਲ ਸਾਈਡ ਕੱਟ ਹੋਏਗਾ ਇਸ ਤਰ੍ਹਾਂ ਦਾ ਨਾਲ ਪਲਾਜ਼ੋ ਹੋਏਗਾ ਨਾਲ ਜੀ ਔਰ ਜਿੰਨਾ ਇਹ ਆਰਟੀਕਲ ਇਨਾ ਸਮਾਰਟ ਹੈਗਾ ਵਾ ਬਿਊਟੀਫੁਲ ਹੈਗਾ ਵਾ ਔਰ ਡਿਜ਼ਾਈਨਰ ਨੇ ਨਾਲ ਦੁਪੱਟਾ ਜਿਹੜਾ ਬਣਾਇਆ ਬਨਾਰਸੀ ਲਾਂਚ ਕੀਤਾ ਜੀ ਆ ਦੇਖੋ ਜੀ ਸੁਪੋ ਪੀਸ ਸੀ ਕੀ ਬਾਤ ਹੈ ਜੀ ਉੱਪਰ ਕੰਟਰਾਸਟ ਐਮਬ੍ਰੋਇਡਰੀ ਹੈਗੀ ਆ ਔਰ ਜਿਹੜਾ ਦੁਪੱਟਾ ਆਏਗਾ ਜੀ ਉਹ ਆਏਗਾ ਪਿਓਰ ਸਿਲਕ ਦਾ ਪਿਓਰ ਬਨਾਰਸੀ ਦੇ ਨਾਲ ਇਹਦਾ ਬਹੁਤ ਹੀ ਪਿਆਰਾ ਕੰਬੀਨੇਸ਼ਨ ਦੇ ਨਾਲ ਆਏਗਾ ਜੀ ਪੈਰਟ ਕਲਰ ਦੇ ਨਾਲ ਆਏਗਾ ਜੀ ਸਾਰਾ ਨੇਵੀ ਕਲਰ ਦਾ ਕੰਬੀਨੇਸ਼ਨ ਜੀ 12000 100 ਦੀ ਰੇਂਜ ਦੇ ਅੰਦਰ ਜੀ ਬਹੁਤ ਹੀ ਪਿਆਰਾ ਔਰ ਬਹੁਤ ਹੀ ਸਿੰਪਲ ਸੋਬਰ ਨੇ ਕੋਈ ਵੀ ਆਰਟੀਕਲ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਸਾਈਜ਼ ਅਕੋਰਡਿੰਗ ਅੱਛੀ ਫੈਬਰਿਕ ਨੇ ਸਭ ਪਿਓਰ ਦੇ ਨੇ ਕੋਈ ਵੀ ਸਿੰਥੈਟਿਕ ਨਹੀਂ ਦਿਖਾਇਆ ਔਰ ਰੋਹੀ ਪੰਨੋਜੀ ਸਿਸਟਰ ਜੀ ਵੀਡੀਓ ਅਸੀਂ ਅਪਲੋਡ ਕਰ ਰਹੇ ਆ ਤੁਹਾਨੂੰ ਰਿਪਲਾਈ ਕਰਾਂਗੇ ਪੰਨੋਜੀ ਜੀ ਜਰੂਰ ਕਰਾਂਗੇ ਇਹ ਆਏਗਾ ਜੀ نیچے ਸ਼ਾਰਾ ਵਾ ਇਹਦੇ ਉੱਪਰ ਇਸ ਤਰ੍ਹਾਂ ਆਏਗਾ ਜੀ ਪੈਪਲਮ ਟੋਪ ਆਏਗਾ ਸਾਰਾ ਹੈਂਡਵਰਕ ਨਾਲ ਇਹਦੇ ਨਾਲ ਵੀ ਸਿੰਪਲ ਸੋਬ ਬੈਲਟ ਹੈਗੀ ਹੈ ਅਗਰ ਤੁਸੀਂ ਬਾਜ਼ੂ ਦੀ ਰਿਕੁਆਇਰਮੈਂਟ ਰੱਖਦੇ ਹੋ ਤਾਂ ਅਸੀਂ ਕਿਰਨ ਠਾਕੋ ਜੀ ਇਸ ਤਰ੍ਹਾਂ ਹੋਲਡ ਆਊਟ ਨਹੀਂ ਹੋਏਗਾ ਤੁਸੀਂ ਸਕਰੀਨ ਸ਼ਾਟ ਲੋ ਅਸੀਂ ਫਸਟ ਨੰਬਰ ਦਾ ਵੀਡੀਓ ਅਪਲੋਡ ਕਰ ਰਹੇ ਹਾਂ ਤੁਸੀਂ ਸਾਈਡ 3rd ਨੰਬਰ ਟਰਾਈ ਕਰ ਲਓ 8847481143 ਉਹ ਸਕਰੀਨ ਸ਼ਾਟ ਲੈ ਕੇ ਨੰਬਰਾਂ ਤੇ ਵਟਸਐਪ ਕਰ ਦਿਓ ਕਿਉਂਕਿ ਬਹੁਤ ਸਿੰਗਲ ਸਿੰਗਲ ਆਰਟੀਕਲ ਨੇ ਜਿਸ ਕਸਟਮਰ ਦਾ ਸਕਰੀਨ ਸ਼ਾਟ ਸਾਡੇ ਨੰਬਰ ਤੇ ਪਹੁੰਚ ਜਾਏਗਾ ਉਸ ਕਸਟਮਰ ਦਾ ਇਹ ਪੀਸ ਹੋਲਡ ਹੋ ਜਾਏਗਾ ਜੀ ਪਪਲ ਕਲਰ ਆ ਅਟੈਚ ਹੈਗਾ ਜੀ ਲੌਂਗ ਬਨੇਗਾ ਪੈਪਲਮ ਦੇ ਨਾਲ ਜੀ ਜਿਹੜਾ ਤੁਹਾਨੂੰ ਫੌਜ਼ ਦਿਖਾਇਆ ਸੀਗਾ ਅਸੀਂ ਜਿਹੜਾ ਮਜ਼ੈਂਟਾ ਦੇ ਨਾਲ yellow ਦਾ ਕੰਬੀਨੇਸ਼ਨ ਸੀਗਾ ਉਹਦਾ ਸੈਕਿੰਡ ਕਲਰ ਤੁਹਾਨੂੰ ਨਾਈਂ ਲਾਂਚ ਕਰ ਰਿਹਾ ਜਿਨ੍ਹਾਂ ਦੇ ਕਲਰਸ ਨੇ ਅਸੀਂ ਤੁਹਾਨੂੰ ਨਾਂ ਨਾਲ ਇਹਦੇ ਲਾਂਚ ਕਰਦੇ ਰਾ ਜਿਹਾ ਦਿਖਾ ਰਹੇ ਹਾਂ ਤੁਹਾਨੂੰ ਆ ਦੇਖੋ ਸਾਰਾ ਮਿਰਰ ਦੀ ਵਰਕ ਹੈਗਾ ਵਾ neck line ਤੇ ਗੋਟਾ ਪੱਤੀ ਆ ਸ਼ੀਸ਼ੇ ਦਾ ਵਰਕ ਆ ਇਸ ਤਰ੍ਹਾਂ ਬੈਕ ਹੈਗੀ ਆ ਇਹ ਆਏਗਾ ਜੀ ਪੀਕਾਕ ਦੇ ਨਾਲ ਫਰੋਜ਼ੀ ਕਲਰ ਦਾ ਕੰਬੀਨੇਸ਼ਨ ਦਿਖਾਓ ਬਟੇ ਲੋ ਜੀ ਇਸ ਤਰ੍ਹਾਂ ਆਏਗਾ ਜੀ ਦਪੱਟਾ ਪਿਓਰ ਚਿਨੋਨ ਸ਼ਿਫੋਨ ਦਾ ਅੱਛੀ ਬੂਟੀ ਹੈਗੀ ਆ ਬਹੁਤ ਪਿਆਰਾ ਕੰਬੀਨੇਸ਼ਨ ਹੈਗਾ ਵਾ सिंपल शो पर हैगा क्योंकि शर्ट ਦਾ ਇਹਦਾ ਫੈਬਰਿਕ ਆ ਉਹ ਪਿਓਰ ਰੌਸ ਲਗਾ ਔਰ 60 ग्राम ਪੀਓ ਜੋੜਦਾ ਸ਼ਾਰਾ ਵਾ ਔਰ ਇਹ ਆਏਗਾ ਜੀ 14 240 ਦੀ 14240 ਦੀ ਰੇਂਜ ਦੇ ਅੰਦਰ ਦੀ ਦੁਪੱਟਾ ਪਿਓਰ ਕਮਲ ਚਨੌਨ ਸ਼ਿਫੋਂ ਦਾ ਲੋ ਜੀ ਅਗਲਾ ਆਰਟੀਕਲ ਦਿਖਾਉਣ ਜਾ ਰਹੇ ਹਾਂ ਜੀ ਪਿਓਰ ਬੰਦੇਜ ਦੇ ਅੰਦਰ ਜਿਵੇਂ ਜਪਾ ਦੇਖਦੇ ਹਾਂ ਕਿ ਡਿਜ਼ਾਈਨਰ ਜੈਪੁਰ ਦੀ ਜਿਹੜੇ ਬੁਟੀਕਸ ਹੈਗੇ ਨੇ ਜਿਵੇਂ ਡਿਜ਼ਾਈਨਰ ਅਨੀਤਾ ਡੋਂਗਰੇ ਨੇ ਬਾਬੀ ਜੀ ਬੁਟੀਕ ਆ ਇਹ ਉਹਨਾਂ ਦੇ ਆਰਟੀਕਲਸ ਬੰਦੇ ਨੇ ਬਲਾਊਜ਼ੋ ਦੇ ਨਾਲ ਇਸ ਤਰ੍ਹਾਂ ਸਾਰਾ ਬੰਦੀ ਦੀ ਸ਼ਰਟ ਬਣੀ ਹੋਈ ਆ ਔਰ ਸਾਈਜ਼ ਦੀ ਗੱਲ ਕਰੀਏ ਤਾਂ 42 ਸਾਈਜ਼ਸ ਰੈਡੀ ਹੁੰਦੇ ਨੇ ਕੋਟਾ ਪੱਤੀ ਦੀ ਸ਼ਰਟ ਹੈਗੀ ਆ ਔਰ ਨਾਲ ਜਿਹੜਾ ਦੁਪੱਟਾ ਸਿਸਟਰ ਹੋਏਗਾ ਬਹੁਤ ਹੀ ਪਿਆਰਾ ਦੁਪੱਟਾ ਹੋਏਗਾ ਜੀ ਇਸ ਤਰ੍ਹਾਂ ਫੂਟ ਸਾਈਡ ਬਾਰਡਰ ਨੇ ਗੋਟੇ ਦੀਆਂ ਲਾਈਨਸ ਬਣੀਆਂ ਹੋਈਆਂ ਨੇ ਔਰ ਕੰਮ ਦੇਖੋ ਕਿੰਨਾ ਪਿਆਰਾ ਜੀ ਸਾਰਾ ਕੋਟਾ ਪੱਤੀ ਵੀ ਆ ਸੀਕਵੈਂਸ ਵੀ ਆ ক্লোਜ਼ ਇਹ ਆਏਗਾ ਆਰਟੀਕਲ ਨੰਬਰ 20 ਹੋਏਗਾ 10000 415 ਦੀ ਰੇਂਜ ਜੀ ਰੀਨੂ ਰੋੜਾ ਜੀ ਥੈਂਕ ਯੂ ਸੋ ਮੱਚ 10415 ਪੈਰਟ ਗ੍ਰੀਨ ਕਲਰ ਜੀ ਅਮਰਾਡ ਗ੍ਰੀਨ ਕਲਰ ਜੀ ਇੱਕ ਆਏਗਾ ਜੀ ਸੀ ਗ੍ਰੀਨ ਜਿਹਨੇ ਆਪੋ ਬੋਲਦੇ ਆ ਆਈਸ ਬਲੂ ਕਲਰ ਜੀ ਨੀਚੇ ਸ਼ਾਰਾ ਬਣਿਆ ਹੋਇਆ ਵਾ ਇਹਦੇ ਪਲੇਨ ਸ਼ਾਰਾ ਹੋਏਗਾ 60 ਗ੍ਰਾਮ ਪਿਓਰ ਜੋੜ ਦਾ ਇਸ ਤਰ੍ਹਾਂ ਗੋਟਾ ਪੱਤੀ ਦੇ ਨਾਲ ਆਏਗਾ ਜੀ ਸਾਰਾ ਥ੍ਰੈਡ ਵਰਕ ਉਹ ਦੇਖੋ ਕੰਮ ਦੇਖੋ ਸਿਸਟਰ ਦਾ ਟੋਟਲੀ ਹਾਈਲਾਈਟਿੰਗ ਹੈਗੀ ਸਰਵੋਸਕੀ ਦੀ ਨਾਲ ਕੰਟਰਾਸਟ ਵਰਕ ਹੋਏਗਾ ਔਰ ਇਸ ਤਰ੍ਹਾਂ ਬਣਿਆ ਹੈ ਜੀ ਆਰਟੀਕਲ फ्रंट वीयर बैक वीयर और बहुत ही सिंपल सोबर के अंदर नाल दुपट्टा भी ਹੋਏਗਾ ਨਾਲ ਜੀ ਦਿਖਾ ਬਟੇ ਦੁਪੱਟਾ ਇਹ ਆਏਗਾ ਜੀ ਸਿਸਟਰ ਜੀ ਨਾਲ ਦੁਪੱਟਾ ਇਹ ਆਏਗਾ ਜੀ ਆਰਟੀਕਲ ਨੰਬਰ 21 ਦੀ ਰੇਂਜ ਦੇ ਅੰਦਰ ਜੀ 32 ਤੋਂ ਲੈ ਕੇ 42 ਤੱਕ ਦੇ ਸਾਈਜ਼ੇ ਤੁਹਾਡੇ ਰੈਡੀ ਹੋਣਗੇ ਅ ਅਮਨਦੀਪ ਜੀ ਸਭ ਦਿਖਾਵਾਂਗੇ ਤੁਹਾਨੂੰ ਅਸੀਂ ਨਾਲ ਨਾਲ ਸਭ ਸ਼ੋਅ ਕਰ ਰਹੇ ਹਾਂ ਹੁਣ ਇਹ ਆਏਗਾ ਜੀ ਇੱਕ ਬਹੁਤ ਪਿਆਰਾ اور सिंपल सोबर डिजाइनर अनीता डोंगरे का क्योंकि गोटा पत्ती स्टाइल ने यह प्रोपरों थाई सो फुल हैवी होएगा थ टाइट्स यानी कि फिटिंग वाला होएगा और नीचे इशारे का पूरा फ्लेयर होएगा सिस्टर जी और ये आएगा जी और इस तरह नैक लाइन सैट किया हुआ व नीचे प्रोपर लास्ट टाइम असी लहंगा चोलीच लॉन्च किया सोल्ड होया बहुत अच्छी रिक्वायरमेंट रही हूँ येकेंड लॉट के अंदर बन के आया वा नाल दिन की प्रोपर पाकिस्तानी गरारा बनया हुआ वा साइजिस थोड़े सामने आ अच्छा साइज है अगर को सा को वो 42 ते लेके 44 तक ये ਤੁਸੀਂ साइज ਆਪਣਾ ਰੇਡੀ ਕੋ ਕੀ ਕੋਈ ਵੀ ਏਜ ਪਰਸਨ ਵੇਅਰ ਕਰ ਸਕਦਾ ਵਾ ਕਿਉਂਕਿ ਕੋਈ ਹੋਚ ਪੋਚ ਨਹੀਂ ਹੈਗੀ ਕੋਈ ਸਿੱਪੀ ਸਤਾਰਾ ਨਹੀਂਗਾ 25360 ਰੁਪਈਆ ਓਨਲੀ 4G 25360 ਦੀ ਰੇਂਜ ਦੇ ਅੰਦਰ ਲੋ ਜੀ ਅਜੇ 203 ਡਿਜ਼ਾਈਨ ਲਾਂਚ ਹੋਏ ਨੇ ਜੰਪਸੂਟ ਦੇ ਅੰਦਰ ਬਹੁਤ ਟਾਈਮ ਬਾਅਦ ਇਹ ਬੜਾ ਦੁਬਾਰਾ ਪ੍ਰੋਡਕਸ਼ਨ ਚ ਆਏ ਨੇ ਪੀਸ ਤਾਂ ਬਹੁਤ ਦਿਨ ਤੋਂ ਕਸਟਮਰ ਦੀ ਰਿਕੁਆਇਰਮੈਂਟ ਵੀ ਸੀਗੀ ਔਰ ਸਾਰਾ ਜੋੜ ਦੇ ਉੱਪਰ ਬਣਿਆ ਹੋਇਆ ਵਾ ਸਾਰਾ ਇਸ ਤਰ੍ਹਾਂ ਬੋਟ neck ਹੈਗਾ ਵਾ ਔਰ ਡਿਫਰੈਂਟ ਗ੍ਰੀਨ ਕਲਰ ਹੈ ਜੀ ਯਾਨੀ ਕਿ ਮਿੰਟ ਗ੍ਰੀਨ ਕਹਿ ਸਕਦੇ ਆਪਾਂ ਇਹਨੂੰ ਔਰ ਰਾਮਾ ਗ੍ਰੀਨ ਵੀ ਕਹਿ ਸਕਦੇ ਕਿਉਂਕਿ ਅਲਗ ਜਿਹਾ ਗ੍ਰੀਨ ਨਾ ਨਾ ਤਾਂ ਪੈਰਟ ਕਲਰ ਨਾ ਤਾਂ ਬੋਟ ਗ੍ਰੀਨ ਆ ਔਰ ਇਹ ਵਿਦਾਊਟ ਦੁਪੱਟੇ ਹੁੰਦੇ ਨੇ ਜਮਸੂਟ ਤੁਹਾਡੀ ਵੈਰਾਈਟੀ ਦੇ ਅੰਦਰ ਕੁਝ ਨਵੇਂ ਚੀਜ਼ਾਂ ਇਹ ਲਾਂਚ ਹੁੰਦੀਆਂ 2 ਲੈਕਸ ਵਾਲਾ ਪੀਸ ਹੁੰਦਾ ਵਾ ਲਾਂਚ ਹੁੰਦਾ ਵਾ ਇਹ 60 ਗ੍ਰਾਮ ਪਿਓਰ ਜੋੜ ਦੇ ਅੰਦਰ ਹੁੰਦਾ ਜੀ ਇਹ ਆਏਗਾ ਜੀ 12460 ਦੀ ਰੇਂਜ ਦੇ ਅੰਦਰ ਜੀ ਡਿਜ਼ਾਈਨ ਨੰਬਰ ਇਹਦਾ ਸੈਕੰਡ ਵਰਜ਼ਨ ਆਏਗਾ ਜੀ ਹੌਟ ਪਿੰਕ ਕਲਰ ਦੇ ਅੰਦਰ ਜੀ ਸੇਮ ਫੈਬਰਿਕ ਆ ਬਟ ਐਮਬ੍ਰੋਇਡਰੀ ਥੋੜੀ ਡਿਫਰੈਂਟ ਹੋਏਗੀ ਇਹਦੇ ਚ ਪੇਟਾ ਵਰਟ ਵੀ ਆ ਸਿਕਸ ਵੀ ਹੈਗੀ ਆ ਔਰ ਇਹਦੇ ਨਾਲ ਐਕਸਟਰਾ ਬੈਲਟ ਵੀ ਹੈਗੀ ਆ ਜੀ ਇਸ ਤਰ੍ਹਾਂ ਹੈਂਡਵਰਕ ਦੀ ਸਾਰੀ ਬੈਲਟ ਹੈਗੀ ਆ ਕਿ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਸਾਈਜ਼ ਨੂੰ ਮਦਸਿਆਵਾ ਕੇ ਤੁਸੀਂ ਆਪਣੀ ਹਾਈਟ ਚਸਟ ਵੇਸਟ हिਪਸ ਐਂਡ ਕਰਨੀ ਆ ਪ੍ਰੋਪਰ ਤੁਹਾਨੂੰ ਰੈਡੀ ਕਰਕੇ ਦਵਾਂਗੇ ਵਿਦਆਊਟ ਚਾਰजेस ਨੇ ਕਿ ਤੁਹਾਨੂੰ ਰੈਡੀ ਟੂ ਵੇਅਰ ਹੋਏਗਾ ਔਰ ਪ੍ਰੋਪਰ ਤੁਹਾਨੂੰ ਵਰਲਡ ਵਾਈਡ ਸ਼ਿਪਿੰਗ ਹੈਗੀ ਜੀ ਆਪਣੀ ਲੋਜੀ 10680 ਹੌਟ ਪਿੰਕ ਕਲਰ ਦੀ ਸਾਰਾ 60 ਗ੍ਰਾਮ ਦਾ ਫੈਬਰਿਕ ਪੀਟਾ ਵਰਕ ਦੇ ਨਾਲ ਆਏਗਾ ਜੀ ਇਹਦਾ ਕੰਬੀਨੇਸ਼ਨ ਇੱਕ ਆਏਗਾ ਜੀ ਇੰਡੋ वेस्टर्न ਸਟਾਈਲ ਜਿਸ ਮਤਲਬ ਕਿ ਤਕਰੀਬਨ ਤਕਰੀਬਨ نیچے ਮਹਿੰਦੀ ਕਲਰ ਦੀ ਸਕਰਟ ਬਣੀ ਹੋਈ ਹੈ ਸਕਰਟ ਦੇ ਉੱਤੇ ਸਿਰਫ ਬਾਰਡਰ ਤੇ ਵਰਕ ਹੋਏਗਾ ਔਰ ਇਸ ਤਰ੍ਹਾਂ ਸਾਰਾ ਬਾਰਡਰ ਤੇ ਵਰਕ ਹੋਣ ਤੋਂ ਬਾਅਦ ਪਿਓਰ ਚਨੋਂਨ ਦਾ ਇਹਦਾ ਫੈਬਰਿਕ ਹੈਗਾ ਵਾ ਔਰ ਇਹਦਾ ਫੈਬਰਿਕ ਜਿਹੜਾ ਹੋਏਗਾ ਸਿਸਟਰ ਜੀ ਪ੍ਰੋਪਰ ਐ ਆਏਗਾ ਜੀ ਆਹ ਲੋ ਜੀ ਇਸ ਨਾਲ ਆਏਗਾ ਜੀ ਥ੍ਰੈਡ ਵਾਕ ਦੇ ਉੱਪਰ ਜੀ ਇਹਦੇ ਉੱਪਰ ਪੂਰੀ ਫਰੰਟ ਬੈਗ ਦੇ ਉੱਪਰ ਇਹਦਾ ਵਾਕ ਕੀਤਾ ਹੋਇਆ ਵਾ ਔਰ ਆਹ ਲੋ ਜੀ ਨਾਲ ਦੁਪੱਟਾ ਵੀ ਬਹੁਤ ਪਿਆਰਾ ਜੀ ਇਹਦਾ ਦੁਪੱਟੇ ਦੇ ਫੂਰ ਸਾਈਡ ਵਾਕ ਹੈਗਾ ਵਾ ਦੁਪੱਟਾ ਵੀ ਪਿਓਰ ਚਨੋਟ ਸ਼ਿਫੋਨ ਕਮਲਦਾ ਹੋਏਗਾ ਮਸਟਰਡ ਦੇ ਨਾਲ ਮਹਿੰਦੀ ਕਰਦਾ ਕੰਬੀਨੇਸ਼ਨ 11750 ਜੀ ਨੈਕਸਟ ਲਓ ਜੀ ਇਹ ਅਗਰ ਥਰਡ ਡਿਜ਼ਾਈਨ ਆ ਗਿਆ ਜੀ ਸਾਰਾ ਥੋੜਾ ਜੰਮਸੂਟ ਦੇ ਅੰਦਰ ਕਰੀਮ ਕਲਰ ਦਾ ਸਾਰਾ ਮਲਟੀ ਵੋਕਿੰਗ ਨਾਲ ਬੈਲਟ ਵੀ ਹੈਗੀ ਹੈ ਡਿਫਰੈਂਟ ਕੰਬੀਨੇਸ਼ਨ ਹੈਗਾ ਵਾ ਲਾਸਟ ਟਾਈਮ ਵੀ ਸੋਲਡ ਆਊਟ ਕੀਤਾ ਬਹੁਤ ਅੱਛੀ ਡਿਮਾਂਡ ਸੀ ਇਹਦੀ ਔਰ ਨਾਲ ਐਕਸਟਰਾ ਬੈਲਟ ਵੀ ਹੈ ਕਰੀਮ ਦੇ ਪਰ ਸਾਰੇ ਕਲਰ ਨੇ ਯਾਨੀ ਕਿ ਬਹੁਤ ਪਿਆਰਾ ਯਾਨੀ ਕਿ ਮੂਵੀ ਸਨੈਪ ਬਹੁਤ ਅੱਛੀ ਆਂਦੀ ਹੈ ਇਹਦੇ ਅੰਦਰ ਲੋ ਜੀ आएगा जी तेरह अठ सौ नब्बे तेरह हजार अठ सौ नब्बे रेंज होएगा जी आर्टिकल नंबर ट्वेंटी सिक्स एक आर्टिकल आएगा जी नीचे आ, उपर फर शोट फरॉक हैगी आएगी स्टेट पेंट आएगी इस तरह पेंट के उपर वॉक आएगा जी स्टेड पेंट हैगी पेंट के उपर इस तरह सारा मूरी के उपर वॉक किया ਵੀਰ ਚ ਨੌਂ ਦਾ ਇਹ ਫੈਬਰਿਕ ਹੈਗਾ ਵਾ ਲੌਂਗ ਅਨਾਰਕਲੀ ਤੁਸੀਂ ਲੈਂਥ ਤਾਂ ਆਪਣੇ ਸਾਈਜ਼ ਦੇ ਅਕੋਰਡਿੰਗ ਸ਼ਾਰਟ ਕਰਨੀ ਆ ਫਰੰਟ ਬੈਕ ਹੈਗੀ ਆ ਪ੍ਰੋਪਰ ਥ੍ਰੈਡ ਦੀ ਸਾਰੀ ਮੈਚਿੰਗ ਹੋਏਗੀ ਔਰ ਦੁਪੱਟਾ ਹੋਏਗਾ ਜੀ ਨਾਲ ਚਨੌਂ ਸ਼ਿਫੋਨ ਦਾ ਜੀ ਇਹਦਾ ਆ ਕੋ ਵਾਕ ਦੇ ਕੋਸ ਸੱਚੇ ਜਿਹਾ ਥਮ ਡੀਸੈਂਟ ਕੋਈ ਓਵਰਵੋਕ ਨਹੀਂ ਹੈਗਾ ਕੋਈ ਹੋਚ ਪੋਚ ਨਹੀਂ ਹੈਗੀ ਦੁਪੱਟੇ ਦੇ ਉੱਪਰ ਸਾਰਾ ਫੂਲ ਸਾਈਡ ਵਰਕ ਕੀਤਾ ਹੋਇਆ ਵਾ ਔਰ ਇਹ ਹੈਗਾ ਜੀ ਡਿਜ਼ਾਈਨ ਅਪ ਬੋ 27 ਰੇਂਜ ਹੋਏਗੀ 10860 ਦੀ ਰੇਂਜ ਦੀ 10860 ਰੁਪਏ ਓਨਲੀ ਫॉर 30 ਬਾਨੇ ਅਗਲਾ ਆਏਗਾ ਜੀ ਅਨਾਰ ਕਲੀ ਦੇ ਅੰਦਰ ਜੀ ਵੀਸ ਮਹਿੰਦੀ ਕਲਰ ਦੀ ਅਨਾਰ ਕਲੀ ਆਏਗੀ ਸਿੰਪਲ ਸੋਬਰ ਜੀ ਯਾਨੀ ਕਿ ਮਸਕ ਕਲੀ ਅਨਾਰ ਕਲੀ ਹੋਏਗੀ ਬਹੁਤ ਪਿਆਰਾ ਪੀਸ ਹੈਗਾ ਵਾ ਇਸ ਤਰ੍ਹਾਂ ਕਲੀਆਂ ਚ ਹੋਏਗਾ ਪੀਸ ਇਹ ਵਾਲਾ ਔਰ ਇਸ ਤਰ੍ਹਾਂ ਨੈਕ ਲਾਈਨ ਤੇ ਵਾਕ ਬਹੁਤ ਟਾਈਮ ਬਾਅਦ ਦੁਬਾਰਾ ਪ੍ਰੋਡਕਸ਼ਨ ਚ ਇਹ ਪੀਸ ਆਇਆ ਵਾ ਔਰ ਇਸ ਤਰ੍ਹਾਂ ਫਰੰਟ ਬੈਕ ਹੋਏਗੀ 60 ਗ੍ਰਾਮ ਪ्योर ਦਾ ਜੋੜਦਾ ਫੈਬਰਿਕ ਹੋਏਗਾ ਔਰ ਇਸ ਤਰ੍ਹਾਂ ਆਏਗਾ ਜੀ ਦੁਪੱਟਾ ਬਹੁਤ ਪਿਆਰਾ ਜੀ ਦਾ ਦੁਪੱਟੇ ਦੇ ਉੱਪਰ ਸਾਰਾ ਗੋਟੇ ਦੀਆਂ ਲਾਈਨਸ ਹੋਣਗੀਆਂ ਚੈਕਸ ਬਣੇ ਹੋਏ ਨੇ ਔਰ ਇਹ ਹੈਗਾ ਜੀ ਬਹੁਤ ਹੀ ਰੀਜ਼ਨਬਲ ਰੇਂਜ ਸਿਰਫ 8550 ਓਨਲੀ ਫੋਰ ਜੀ ਡਿਜ਼ਾਈਨ ਨੰਬਰ 28 ਟੂ ਆਰਟਿਕਲਸ ਹੋਰ ਨੇ ਉਸ ਤੋਂ ਬਾਅਦ ਤੁਹਾਨੂੰ ਦਿਖਾਨਗੇ ਭਾਈ ਸਾਹਿਬ ਅਨਸੀ ਸੂਟ ਦਿਖਾਨਗੇ ਤੇ ਫਿਰ ਅੱਧੇ ਘੰਟੇ ਬਾਅਦ ਵੀਡੀਓ ਦੁਬਾਰਾ ਸਟਾਰਟ ਕਰਾਂਗੇ ਬੈਕ ਟੂ ਬੈਕ ਚੱਲਣਗੀ ਇਹ ਵੀਡੀਓ ਅੱਜ ਦੀਏ ਮਸਟਰਡ ਕਲਰ ਦੀ ਲੌਂਗ ਡਰੈਸ ਜੀ ਇਸ ਤਰ੍ਹਾਂ ਸਾਰਾ ਮਿਰਰ ਦਾ ਵਰਕ ਹੈਗਾ ਵਾ ਸਾਰਾ ਡੋਰੀ ਦਾ ਪੇਟਾ ਵਰਕ ਦਾ ਕੰਬੀਨੇਸ਼ਨ ਦੇਖੋ ਸਿਸਟਰ ਜੀ ਸਿਲਵਰ ਵਰਕ ਚਾਹ ਜੁਐਲਰੀ ਵੇਅਰ ਕਰੋ ਚਾਹ ਗੋਲਡਨ ਕਲਰ ਦੀ ਜੁਐਲਰੀ ਵੇਅਰ ਕਰੋ ਤੁਹਾਡੀ ਆਪਣੀ ਖੁਦ ਦੀ ਰਿਕੁਆਇਰਮੈਂਟ ਹੈਗੀ ਆ ਔਰ ਦੁਪੱਟਾ ਬਹੁਤ ਪਿਆਰਾ ਜੀ ਸ਼ੇਡਿੰਗ ਸਟੈਲ ਲੈਮਨ ਦੇ ਨਾਲ yellow mustard ਕਲਰ ਦਾ ਕੰਬੀਨੇਸ਼ਨ ਦਾ ਦੁਪੱਟਾ ਹੋਏਗਾ ਫੁੱਲ 슬ੀਵਜ਼ ਨੇ ਇਹਦੇ ਅੰਦਰ ਵੀ ਹलो ਇਹ ਆਏਗਾ ਜੀ ਮੇਰਾ ਆਰਟੀਕਲ ਨੰਬਰ 29 ਔਰ ਰੇਂਜ ਹੈਗੀ ਸਿਰਫ 10260 ਰੁਪੀਸ ਓਨਲੀ ਫॉर 10260 ਰੁਪਏ ਲਾਸਟ ਆਰਟੀਕਲ ਆ ਰਿਹਾ ਜੀ ਗ੍ਰੇ ਕਲਰ ਦੇ ਅੰਦਰ ਸੀਕਵੈਂਸ ਹੈ ਗਿਆ ਸਾਰੀ ਫ੍ਰਿਲ ਦੀ ਸੈਟਿੰਗ ਹੋਏਗੀ ਪਿਓਰ ਚਿਨੋਂ ਦਾ ਫੈਬਰਿਕ ਹੋਣ ਵਾਲਾ ਬਟ ਫਲੇਰ ਦਿਖਾ ਕੇ ਮਾਕੇ ਲੈ ਆਵੜੇ ਲੈ ਜਲਦੀ ਆ ਜਾ ਔਰ ਨਾਲ ਦੁਪੱਟਾ ਵੀ ਬਹੁਤ ਪਿਆਰਾ ਹੋਣ ਵਾਲਾ ਵਾਜੀ ਬਹੁਤ ਪਿਆਰਾ ਜਨ ਕੀ ਦੁਪੱਟੇ ਦੇ ਫੋਲਡ ਸਾਈਡ ਵਰਕ ਕਿਤਾ ਹੋਇਆ ਵਾਜੀ ਲੋ ਜੀ ਇਹ ਸੀਗਾ ਮੇਰਾ ਆਖਰੀ ਲਾਸਟ ਆਰਟੀਕਲ ਹੈਗਾ ਜੀ ਇਹ ਸਾਰਾ ਪਿਓਰ ਸਟੈਂਡਿੰਗ ਸੀਕੁਐਂਸ ਦੇ ਅੰਦਰ ਆਰਟੀਕਲ ਨੰਬਰ 30 ਔਰ ਰੇਂਜ ਹੈਗੀ ਹੈ 12500 ਦੀ ਰੇਂਜ ਦੇ ਅੰਦਰ ਜੀ ਔਰ ਇਹ ਹੈਗੇ ਸਾਡੇ ਦੁਆਰਾ ਤਾਂ ਫਿਰ WhatsApp ਨੰਬਰ ਨੰਬਰ ਉੱਪਰ ਮੈਂਸ਼ਨ ਵੀ ਕੀਤੇ ਹੋਏ ਨੇ ਤੁਸੀਂ ਕਿਸੇ ਵੀ ਫਰੈਂਡ ਨੂੰ ਕਜ਼ਨ ਨੂੰ ਇਹ ਨੰਬਰ ਰეკਮੈਂਡ ਕਰ ਸਕਦੇ ਹੋ ਵੀਡੀਓ ਕਾਲ ਸ਼ਾਪਿੰਗ ਵਾਸਤੇ ਜਾਂ ਫਿਰ ਤੁਸੀਂ ਆਪਣੇ ਪੀਸਾਂ ਦੀ ਜਿਹੜੀ ਬੁਕਿੰਗ ਕਰਵਾ ਰਹੇ ਹੋ スクリーンショット ਲੈ ਕੇ ਸਾਡੇ ਨੰਬਰਾਂ ਤੇ ਰਿਕਮੈਂਡ ਕਰ ਸਕਦੇ ਹਾਂ ਔਰ ਆਪਣਾ ਆਰਡਰ ਪਲੇਸ ਕਰ ਸਕਦੇ ਹਾਂ ਤੇ ਸਾਰਿਆਂ ਨੂੰ ਕੋਈ ਪਿਆਰ ਭਰੀ ਸ਼ਸ਼ੀਕਾਲ ਫਤਿਹ ਪ੍ਰਵਾਨ ਕਰਨੀਆਂ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ